ਅੱਜ ਤੁਹਾਨੂੰ ਨਾ ਸਾਂਹ ਘੋੜਾ ਨਹੀਂ ਘੋੜੀਆਂ ਦਿਖਾਉਣੀਆਂ ਤੇ ਘੋੜੀਆਂ ਵੀ ਦਿਖਾਉਣੀਆਂ ਇਹੋ ਜਿਹੇ ਬੰਦੇ ਦੇ ਵੀ ਜਿਹਨੇ 1 ਸਾਲ ਦੇ ਵਿੱਚ ਘੋੜਿਆਂ ਦੀ ਦੁਨੀਆ ਦੇ ਵਿੱਚ ਬਹੁਤ ਵਧੀਆ ਆਪਦੇ ਆਪ ਨੂੰ ਸਥਾਪਿਤ ਕਰ ਲਿਆ ਕਿ ਲੋਕਡਾਊਨ ਲੱਗਿਆ ਲੋਕਡਾਊਨ ਦੇ ਵਿੱਚ ਬਾਈ ਜਤਿੰਦਰ 바ਵਾ ਚੈਂਚੀ ਹੁਣਾਂ ਨੂੰ ਸ਼ੌਂਕ ਪੈ ਗਿਆ ਤੇ ਬਾਈ ਜਤਿੰਦਰ 바ਵੇ ਨੇ ਇੱਕ ਘੋੜੀ ਲਿਆਂਦੀ ਹੱਕਮੈਤ ਕਲਰ ਦੀ ਤੇ ਕਾਲੇ ਬਾਈ ਨੇ ਇਹ ਘੋੜੀ ਦਵਾਈ ਉਸ ਤੋਂ ਬਾਅਦ ਬਾਈ ਨੂੰ ਘੋੜਿਆਂ ਨਾਲ ਇਸ਼ਕ ਹੋ ਗਿਆ ਆਪਾਂ ਇਹ ਕਹਿ ਸਕਦੇ ਹਾਂ ਕਿ ਫੇਰ ਉਸ ਤੋਂ ਬਾਅਦ ਇੱਕ ਤੋਂ ਇੱਕ ਜਾਨਵਰ ਆ ਜਿਹੜੇ ਉਹ ਇਹਨਾਂ ਦੇ ਫਾਰਮ ਤੇ ਆਉਂਦੇ ਗਏ ਇਸ ਘੋੜੀ ਨੇ ਪਿਛਲੇ ਦਿਨਾਂ ਦੇ ਵਿੱਚ ਯੋਧੇ ਘੋੜੇ ਦੀ ਬੱਚੀ ਦਿੱਤੀ ਆਹ ਜਿਹਦੇ ਕੰਨ ਤੁਹਾਨੂੰ ਦਿਖਾਈ ਦੇ ਰਿਹਾ ਇਹ ਬਸ਼ੇਰੀ ਦਿੱਤੀ ਜੋਧੇ ਘੋੜੇ ਦੀ ਬਸ਼ੇਰੀ ਆ ਜੋਧਾ ਘੋੜਾ ਤੁਹਾਨੂੰ ਮੈਂ ਦੱਸ ਦਿੰਦਾ ਕਿ ਦੇਵਲੀ ਲਾਈਨ ਦਾ ਘੋੜਾ ਸੀ ਜਿਹੜਾ ਮਨੂ ਸੇਖੋਂ ਹੋਣਾ ਕੋਲੇ ਘੋੜਾ ਸੀਗਾ ਉਹਦੀ ਬਸ਼ੇਰੀ ਦਿੱਤੀ ਤੇ ਆ ਨਾਲ ਬਾਈ ਹੋਣੀ ਇੱਕ ਜਿਹੜੀ ਨਾਲ ਭੱਜੀ ਫਿਰਦੀ ਆ ਕੀ ਕਹਿੰਦੇ ਹੁੰਦੇ ਆ ਪੂਨੀ ਲੈ ਆਏ ਕਹਿੰਦੇ ਭਵਖ ਦੇ ਵਿੱਚ ਇੱਕ ਉਹੋ ਬਣਾਉਣਾ ਕੀ ਕਹਿੰਦੇ ਹੁੰਦੇ ਆ ਉਹ ਜਿਹੜਾ ਉੱਤੇ ਬੈਠ ਕੇ ਤੋਰਦੇ ਹੁੰਦੇ ਆ ਬੱਗੀ ਉਹ ਬਣਾਉਣੀ ਆ ਤੇ ਨਾਲ ਦੀ ਨਾਲ ਕੱਲਾ ਇਹ ਹੀ ਨਹੀਂ ਨਾਲ ਦੀ ਨਾਲ ਬਾਈ ਹੁਣਾ ਦੇ ਫਾਰਮ ਤੇ ਹੋਰ ਵੀ ਬਹੁਤ ਸਾਰੇ ਜਾਨਵਰ ਆ ਤੇ ਬਹੁਤ ਸਾਰੇ ਜਾਨਵਰ ਆ ਕੇ ਵੀ ਫਾਰਮ ਤੋਂ ਚਲੇ ਗਏ ਕਿਉਂਕਿ ਫਿਰ ਨਾ ਯਾਰੀ ਦੋਸਤੀ ਬਣਾਉਣ ਲਈ ਵਧਾਉਣ ਲਈ ਬਾਈ ਹੁਣਾ ਨੇ ਜਾਨਵਰਾਂ ਦੀ ਅਦਲਾ ਬਦਲੀ ਵੀ ਕੀਤੀ ਜਿਹਨੂੰ ਆਪਾਂ ਦੂਜੇ ਸ਼ਬਦਾਂ ਦੇ ਵਿੱਚ ਵਪਾਰ ਕਹਿ ਸਕਦੇ ਹਾਂ ਨਵਾਂ ਬੰਦਾ ਸੀ ਆਮ ਤੌਰ ਤੇ ਜਾਨਵਰ ਖਰੀਦਣ ਵਾਲੇ ਮਸਲੇ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਘਾਟੇ ਖਾ ਲੈਂਦੇ ਆ ਤੇ ਮੁੜ ਕੇ ਜਾਨਵਰ ਖਰੀਦਣੇ ਤਾਂ ਦੂਰ ਦੀ ਗੱਲ ਆ ਬਈ ਉਹਨਾਂ ਨੂੰ ਫਿਰ ਘੋੜਿਆਂ ਦੇ ਨਾਲ ਆਪਾਂ ਇਹ ਕਹਿ ਸਕਦੇ ਕਿ ਨਫਰਤ ਹੋ ਜਾਂਦੀ ਹੈ ਪਰ ਜਦੋਂ ਚੰਗਾ ਗਾਈਡ ਮਿਲ ਜਾਂਦਾ ਬੰਦਾ ਉਦੋਂ ਇਹੋ ਜੀ ਗੱਲ ਨਹੀਂ ਹੁੰਦੀ ਤਾਂ ਕਾਲੇ ਹੋਣਾਂ ਦੇ ਰੂਪ ਦੇ ਵਿੱਚ ਬਾਈ ਉਹਨਾਂ ਨੂੰ ਚੰਗੇ ਗਾਈਡ ਮਿਲ ਗਏ ਮਿਲ ਗਏ ਤੇ ਬਾਈ ਉਹਨਾਂ ਨੇ ਬਹੁਤ ਸਾਰੇ ਜਾਨਵਰ ਖਰੀਦੇ ਵੀ ਤੇ ਬਹੁਤ ਸਾਰੇ ਜਾਨਵਰ ਆ ਜਿਹੜੇ ਉਹ ਚੰਗੇ ਨਫੇ ਦੇ ਨਾਲ ਵੇਚੇ ਵੀ ਅੱਜ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਸਾਲ ਦੇ ਵਿੱਚ ਘੋੜਿਆਂ ਦੀ ਦੁਨੀਆ ਦੇ ਵਿੱਚ ਬਹੁਤ ਚੰਗੇ ਚੰਗੇ ਘੋੜੇ ਆ ਜਿਹੜੇ ਬਾਈ ਹੁਣਾ ਨੇ ਹੱਥਾਂ ਵਿੱਚ ਦੀ ਕੱਢਦੇ ਤੇ ਇੱਕ ਬਾਈ ਜਤਿੰਦਰ ਦੀ ਗੱਲ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਇਹਨਾਂ ਬੰਦਿਆਂ ਦੀ ਖਾਸੀਅਤ ਇਹ ਬੰਦਾ ਕਦੇ ਵੀ ਘੋੜਿਆਂ ਦੇ ਭੌਰੀਆਂ ਨਹੀਂ ਦੇਖਦਾ ਇਹ ਕਦੇ ਵੀ ਭੌਰੀਆਂ ਨਹੀਂ ਦੇਖਦਾ ਮੈਂ ਤੁਹਾਨੂੰ ਇਹਦੀ ਮੁਲਾਕਾਤ ਕਰਾਉਂਗਾ ਇਹ ਤਾਂ ਸਿਰਫ ਇੱਕ ਟਰੇਲਰ ਆ ਤੇ ਮੈਂ ਤੁਹਾਡੀ ਮੁਲਾਕਾਤ ਕਰਾਉਂਗਾ ਬਾਈ ਹੁਣਾ ਨਾਲ ਤੇ ਤੁਹਾਨੂੰ ਇਹ ਦੱਸਣਗੇ ਬਾਈ ਜਤਿੰਦਰ ਹੁਣੀ ਕਿ ਉਹ ਕਿਸ ਤਰ੍ਹਾਂ ਦੇ ਬੰਦੇ ਆ ਤੁਹਾਨੂੰ ਦੱਸ ਜਾਣਗੇ ਅ ਕੱਲ ਨੂੰ ਆਪਾਂ ਬਾਈ ਹੁਣਾਂ ਦੀ ਮੁਲਾਕਾਤ ਆ ਜਿਹੜੀ ਉਹਦੀ ਮੁਲਾਕਾਤ ਵਾਲੀ ਵੀਡੀਓ ਪਾ ਦੇਾਂਗੇ ਉਹਦਾ ਇੰਤਜ਼ਾਰ ਰੱਖਿਓ ਤੇ ਨਾਲ ਦੀ ਨਾਲ ਮੈਂ ਦੱਸ ਦਿੰਨਾ ਬਾਈ ਹੁਣਾਂ ਨੂੰ ਕਿ ਜਿਹੜੀਆਂ ਆ ਘੋੜੀਆਂ ਇਹਨਾਂ ਚੋਂ ਤਾਂ ਬਾਈ ਹੁਣੀ ਨਹੀਂ ਕੋਈ ਦੇਣਗੇ ਹੋ ਸਕਦਾ ਜਿਹੜੀ ਆ ਬੱਚੀ ਮਗਰਲੇ ਪਾਸੇ ਭੱਜੀ ਫਿਰਦੀ ਆ ਇਹ ਕਿਸੇ ਦੀ ਝੋਲੀ ਰੱਸਾ ਪੈ ਸਕਦਾ ਸੁਭਾਵਨਾ ਹੈਗੀ ਆ ਬਾਕੀ ਹੋਰ ਜਿਹੜੇ ਜਾਨਵਰ ਆ ਉਹ ਤਕਰੀਬਨ ਤਕਰੀਬਨ ਬਾਈ ਹੁਣਾ ਦੇ ਫਾਰਮ ਤੇ ਆ ਜਿਹੜੇ ਉਹ ਰਹਿਣਗੇ ਬਾਕੀ ਤੁਸੀਂ ਫੋਨ ਕਰਕੇ ਪੁੱਛ ਵੀ ਸਕਦੇ ਆ ਐਡੀ ਨਹੀਂ ਗੱਲ ਮੈਂ ਪੱਕਾ ਪਤਾ ਨਹੀਂਗਾ ਮੈਨੂੰ ਜੇ ਕੋਈ ਹੋਰ ਜਾਨਵਰ ਬਾਈ ਹੁਣਾ ਦਾ ਕੋਈ ਵਿਚਾਰ ਹੋਇਆ ਤੁਹਾਨੂੰ ਸਾਰੇ ਦਿਖਾਤੇ ਆ ਪਰ ਜਿਹੜੀ ਆ ਲਾਲ ਘੋੜੀ ਆ ਬਾਈ ਹੁਣਾ ਨੇ ਸਪੈਸ਼ਲ ਆਖਿਆ ਸੀ ਯਾਰ ਇਹਦੀ ਵੀਡੀਓ ਵੱਧ ਲਾਇਓ ਤੇ ਇਹ ਲਾਲ ਘੋੜੀ ਬਾਈ ਹੁਣਾ ਦੀ ਪੱਕੀ ਫਾਰਮ ਤੇ ਰੱਖੀ ਹੋਈ ਆ ਬੀ ਜੀ ਨੂੰ ਉਹ ਪੱਕੇ ਤੌਰ ਤੇ ਰੱਖਣਗੇ ਕਿਉਂਕਿ ਇਹ ਉਹਨਾਂ ਨੇ ਪਹਿਲੀ ਘੋੜੀ ਖਰੀਦੀ ਸੀਗੀ ਤੇ ਬਾਕੀ ਜਿੰਨੇ ਵੀ ਜਾਨਵਰ ਆ ਉਹਨਾਂ ਦੀ ਸਾਰਿਆਂ ਦੀ ਡਿਟੇਲ ਆ ਜਿਹੜੀ ਉਹ ਕੱਲ ਦੀ ਵੀਡੀਓ ਦੇ ਵਿੱਚ ਹੋਊਗੀ ਠੀਕ ਆ ਜੀ ਇੱਕ ਜਿਹੜੀ ਤੁਹਾਨੂੰ ਨਿੱਕੀ ਬਿਛੇਰੀ ਦਿਖਾਈ ਆ ਉਹਦੇ ਬਾਰੇ ਵਿਚਾਰ ਕਰ ਸਕਦੇ